ਸਵਾਗਤ ਹੈ ਜੀ ਤੁਹਾਡਾ ਬਾਬਾ ਪ੍ਰੋਪਰਟੀ ਚੈਨਲ 'ਤੇ। ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਹੋਏ ਹਾਂ ਹਾਜ਼ਰ 8 ਮਰਲਿਆਂ ਦੀ ਕੋਠੀ, ਮਾਡਲ ਕਲੋਨੀ ਆ ਦਸਾਂਝ ਰੋਡ 'ਤੇ। ਅਤੇ ਜੇ ਗਲੀ ਦੀ ਗੱਲ ਕਰੀਏ ਤਾਂ 30 ਫੁੱਟ ਚੌੜੀ ਜਿਹੜੀ ਆ ਗਲੀ ਆ, ਅਤੇ ਬਹੁਤ ਹੀ ਸੋਹਣੀ ਰਹਿਸ਼ ਦੇ ਵਿੱਚ, ਬਹੁਤ ਹੀ ਸੋਹਣੀ ਕਲੋਨੀ ਦੇ ਵਿੱਚ ਇਹ ਕੋਠੀ ਆ 8 ਮਰਲਿਆਂ ਦੀ, ਜਿਹਦਾ ਫਰੰਟ ਹੈਗਾ 22 ਫੁੱਟ ਅਤੇ ਬੈਕ ਹੈਗੀ ਆ 84 ਫੁੱਟ। ਅਤੇ ਆ ਜਾਓ ਫਿਰ, ਉਸ ਤੋਂ ਪਹਿਲਾਂ ਕੋਠੀ ਨੂੰ ਵੇਖੀਏ। ਜਿਨ੍ਹਾਂ ਵੀਰ ਭਰਾਵਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ। ਹੌਲੀ ਹੌਲੀ ਤਾਂ ਦੱਸਿਆ ਕਿ ਸ਼ਾਇਦ ਹੋ ਸਕਦਾ ਤੇਜ਼ ਬੋਲਣ ਦੇ ਨਾਲ ਬਾਈ ਜੀ ਸਮਝ ਨਾ ਆਉਂਦੀ ਹੋਵੇ, ਪਰ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਅਤੇ ਆ ਜਾਓ ਫਿਰ ਗੱਲ ਕਰਦੇ ਹਾਂ ਆਪਾਂ ਇਸ ਕੋਠੀ ਦੀ। 8 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ, ਦਸਾਂਝ ਰੋਡ ਆ, ਮਾਡਲ ਕਲੋਨੀ। ਸਾਰੀ ਕੋਠੀ ਦੇ ਵਿੱਚ ਆਪਾਂ ਦੇਖ ਰਹੇ ਹਾਂ ਪੱਥਰ ਲੱਗਿਆ ਹੋਇਆ, ਅੱਗੇ ਕਾਫੀ ਖੁੱਲ੍ਹਾ ਡੁੱਲਾ ਜਿਹੜਾ ਵਿਹੜਾ ਵੀ ਆ, ਪੋਰਚ ਵੀ ਕਾਫੀ ਖੁੱਲ੍ਹਾ ਡੁੱਲਾ। ਸੋ ਅਕਸਰ ਹੀ ਕਈ ਵੀਰ ਕਹਿੰਦੇ ਸੀ ਬਾਈ ਜੀ ਵੀ ਸਾਰੀ ਛੱਤੀ ਨਾ ਹੋਵੇ, ਥੋੜ੍ਹਾ ਜਿਹਾ ਵਿਹੜਾ ਹੋਵੇ, ਇਸ ਤਰ੍ਹਾਂ ਦੀ ਕੋਠੀ ਸਾਡੇ ਵਾਸਤੇ ਦੇਖਿਓ। ਸੋ ਬਾਈ ਜੀ ਬੈਕ ਕਾਲ ਤਾਂ ਨਹੀਂ ਹੋਣੀਗੀ, ਪਰ ਜੇ ਵੀਰ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈਗਾ, ਨੋਟੀਫਿਕੇਸ਼ਨ ਪਹੁੰਚਦਾ, ਤਾਂ ਜਿਨ੍ਹਾਂ ਨੇ 8 ਮਰਲਿਆਂ ਵਿੱਚ ਕੋਠੀ ਲੈਣੀ ਆ ਤਾਂ ਬਹੁਤ ਹੀ ਸੋਹਣੀ ਕਲੋਨੀ ਦੇ ਵਿੱਚ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ। ਸਾਰੀ ਕੋਠੀ 'ਚ ਪੱਥਰ ਲੱਗਿਆ ਹੋਇਆ, ਕਬਰਡਸ ਕੰਮ ਜਿਹੜਾ ਉਹ ਕੰਪਲੀਟ ਆ, ਡਾਊਨ ਸੀਲਿੰਗ ਹੋਈ ਵੀ ਆ, ਤੁਸੀਂ ਦੇਖ ਰਹੇ ਹੋ। ਸੋ ਸੋਹਣੇ ਨਕਸ਼ੇ ਦੇ ਨਾਲ ਜਿਹੜੀ ਆ ਕੋਠੀ ਬਣੀ ਹੋਈ ਆ ਮਾਡਲ ਕਲੋਨੀ 'ਚ। ਅਤੇ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਵੀ ਬਿਲਕੁਲ ਜਾਇਜ਼ ਹੀ ਆ, ਕਿਉਂਕਿ ਜਿਸ ਤਰ੍ਹਾਂ ਦੀ ਰਿਹਾਇਸ਼ ਆ, ਜਿਸ ਤਰ੍ਹਾਂ ਦੀ ਇਹ ਕੋਠੀ ਬਣੀ ਹੋਈ ਆ ਔਰ 8 ਮਰਲੇ ਵੀ ਆ, ਤਾਂ 55 ਲੱਖ ਰੁਪਈਆ ਡਿਮਾਂਡ ਰੱਖੀ ਆ ਮਾਲਕ ਨੇ, ਬਾਕੀ ਮੌਕੇ 'ਤੇ ਰਹਿਤ ਹੋ ਜੂਗੀ, ਆਪਾਂ ਨੂੰ ਸਭ ਨੂੰ ਪਤਾ ਹੀ ਹੈ। 8 ਮਰਲਿਆਂ ਦੇ ਵਿੱਚ ਬਣੀ ਕੋਠੀ ਡਿਮਾਂਡ ਹੈਗੀ ਆ 55 ਲੱਖ ਰੁਪਈਆ, ਸਿੰਗਲ ਸਟੋਰੀ ਆ, ਗਲੀ 30 ਫੁੱਟ ਆ, ਫਰੰਟ 22 ਫੁੱਟ ਆ, ਬੈਕ 84 ਫੁੱਟ ਆ। ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਵੇਚਣਾ ਚਾਹੁੰਦੇ ਹੋ, ਘਰ ਦੁਕਾਨ ਮਕਾਨ, ਤਾਂ ਬਾਬਾ ਪ੍ਰੋਪਰਟੀ ਚੈਨਲ 'ਤੇ ਕੰਟੈਕਟ ਕਰੋ ਜੀ। ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ, ਐਡ ਆਪਾਂ ਫ੍ਰੀ ਆਫ ਕੋਸਟ ਕਰਦੇ ਹਾਂ। ਬਸ ਕਰਨਾ ਤੁਸੀਂ ਕੀ ਹੈ ਕਿ ਬੜੇ ਸਲੋ ਮੋਸ਼ਨ ਦੇ ਵਿੱਚ ਆਰਾਮਦਾਰੀ ਦੇ ਨਾਲ ਮੋਬਾਈਲ ਨੂੰ ਟੇਢਾ ਕਰਕੇ ਵੀਡੀਓ ਬਣਾ ਕੇ ਸਾਨੂੰ ਭੇਜੋ, 3-4 ਜਿਹੜੀਆਂ ਫੋਟੋਆਂ ਫਰੰਟ ਤੋਂ ਖਿੱਚ ਕੇ ਉਹ ਵੀ ਜ਼ਰੂਰ ਭੇਜਿਆ ਕਰੋ, ਜਿੱਥੋਂ ਪੂਰਾ ਘਰ ਦਿਖਦਾ ਹੋਵੇ। ਅਤੇ ਘਰ ਦੀ ਡਿਟੇਲ ਜਿਹੜੀ ਆ ਉਹ ਇੱਕ ਕਾਗਜ਼ ਦੇ ਉੱਤੇ ਲਿਖ ਕੇ, ਕਾਪੀ ਦੇ ਉੱਤੇ ਲਿਖ ਕੇ, ਕਿੰਨੇ ਕਮਰੇ ਬਣੇ ਆ, ਵਾਸ਼ਰੂਮ ਕਿੰਨੇ ਆ, ਕਿੰਨਾ ਵਿਹੜਾ, ਕੀ ਸਾਈਜ਼ ਆ, ਕਿੰਨਾ ਫਰੰਟ ਆ, ਰਜਿਸਟਰੀ ਵਾਲਾ ਜਾਂ ਲਾਲ ਅਖੀਰ ਵਾਲਾ, ਅਤੇ ਸਾਰੀ ਡਿਟੇਲ ਜਿਹੜੀ ਆ ਨਾਲ ਆਪਣਾ ਮੋਬਾਈਲ ਨੰਬਰ ਲਿਖ ਕੇ ਉਹ ਸਾਰੀ ਜਾਣਕਾਰੀ ਸਾਨੂੰ ਉਹਦੀ ਫੋਟੋ ਖਿੱਚ ਕੇ ਫਿਰ ਸੈਂਡ ਕਰਿਆ ਕਰੋ ਬਾਈ ਜੀ, ਕਿਉਂਕਿ ਤੁਸੀਂ ਮੋਬਾਈਲ 'ਤੇ ਲਿਖਦੇ ਹੋ ਅਤੇ ਅੱਧੀ ਜਾਣਕਾਰੀ ਕਈ ਵਾਰੀ ਪਹੁੰਚਦੀ ਹੈ, ਕਈ ਵਾਰੀ ਨਹੀਂ ਪਹੁੰਚਦੀ। ਸੋ ਆਪਾਂ ਗੱਲ ਕਰਦੇ ਸੀ ਐਡ ਦੀ, ਐਡ ਬਾਈ ਜੀ ਫ੍ਰੀ ਆ ਕਰਦੀ। ਸੋ ਵੀਡੀਓ ਬਣਾ ਕੇ ਸਾਨੂੰ ਭੇਜ ਦਿਓ ਅਤੇ ਐਡ ਆਪਾਂ ਤੁਹਾਡੀ ਫ੍ਰੀ 'ਚ ਕਰਾਂਗੇ। ਅਤੇ ਗੱਲ ਕਰਦੇ ਸੀ ਆਪਾਂ 8 ਮਰਲਿਆਂ ਵਿੱਚ ਬਣੀ ਹੋਈ ਇਸ ਕੋਠੀ ਦੀ। ਸੋ ਇਹ ਮਾਸਟਰ ਬੈਡਰੂਮ ਆ, ਕਾਫੀ ਖੁੱਲ੍ਹਾ ਡੁੱਲਾ ਜਿਹੜਾ ਇਹ ਬੈਡਰੂਮ ਬਣਿਆ ਹੋਇਆ। ਬੈਕ ਸਾਈਡ 'ਤੇ ਤੁਸੀਂ ਦੇਖ ਸਕਦੇ ਹੋ ਵਾਸ਼ਿੰਗ ਏਰੀਆ ਹੈਗਾ, ਵਾਸ਼ਰੂਮ ਬਣਿਆ ਹੋਇਆ। ਸੋ ਕਬਰਡ ਵੀ ਜਿਹੜਾ ਬਣਿਆ ਹੋਇਆ ਬੈਕ ਸਾਈਡ 'ਤੇ, ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ।
ਮਾਡਲ ਕਲੋਨੀ ਮੋਗਾ ਸ਼ਹਿਰ ਦੇ ਵਿੱਚ, ਦਸਾਂਝ ਰੋਡ 8 ਮਰਲਿਆਂ ਦੇ ਵਿੱਚ ਇਹ ਕੋਠੀ ਬਣੀ ਹੋਈ ਆ। ਰੇਟ 55 ਲੱਖ ਆ, ਸਿੰਗਲ ਸਟੋਰੀ ਆ। ਗਲੀ ਜਿਹੜੀ ਹੈਗੀ ਆ 30 ਫੁੱਟ ਆ, ਅਤੇ ਆਸੇ ਪਾਸੇ ਬਹੁਤ ਹੀ ਸੋਹਣੀ ਰਿਹਾਇਸ਼ ਆ, ਜਾਣੀ ਕਿ ਡੇਢ ਕਰੋੜ ਦੀਆਂ ਕੋਠੀਆਂ, ਕਰੋੜ ਦੀਆਂ ਕੋਠੀਆਂ ਦੀ ਰਿਹਾਇਸ਼ ਹੈਗੀ ਆ। ਸੋ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜਾਂ ਇਹਦੀ ਕੋਈ ਹੋਰ ਜਾਣਕਾਰੀ ਲੈਣੀ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ 'ਤੇ ਨੰਬਰ ਦੇਖ ਰਹੇ ਹੋ ਉੱਥੇ ਕੋਂਟੈਕਟ ਕਰਕੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਲੈ ਸਕਦੇ ਹੋ। ਇੱਕ ਵਾਰੀ ਫਿਰ ਤੋਂ ਆਪਾਂ ਚੱਲਦੇ ਹਾਂ ਪੋਰਚ ਦੇ ਵਿੱਚ। ਸੋ ਕਾਫ਼ੀ ਖੁੱਲ੍ਹਾ ਡੁੱਲਾ ਪੋਰਚ ਆ, ਅੱਗੇ ਵਿਹੜਾ ਅਤੇ ਸਟਾਰਟਿੰਗ 'ਤੇ ਵੀ ਲੈਟਰਿੰਗ ਬਾਥਰੂਮ ਜਿਹੜੇ ਆ ਉਹ ਦਿੱਤੇ ਹੋਏ ਆ, ਅਤੇ ਇੱਕ ਝਾਤ ਤੁਹਾਨੂੰ ਬਾਹਰ ਦੀ ਰਿਹਾਇਸ਼ ਦੀ ਫਿਰ ਦੂਰੀ ਵਾਰ ਤੋਂ ਮਰਾਉਂਦੇ ਹਾਂ, ਸ਼ਾਇਦ ਤੁਹਾਡਾ ਮਨ ਬਣ ਜਾਏ। ਅਤੇ ਫਿਰ ਮਿਲਦੇ ਹਾਂ ਅਗਲੀ ਵੀਡੀਓ 'ਚ ਜੀ। ਬਹੁਤ ਬਹੁਤ ਧੰਨਵਾਦ।